ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕਮ। ਕੀ ਹਾਲ ਚਾਲ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਬੜੇ ਮਜ਼ੇ 'ਚ ਰਹਿੰਦੇ ਹੋਵੋਗੇ। ਇਸ ਉਮੀਦ ਨਾਲ ਅੱਜ ਦਾ ਵਲੌਗ ਕਰਨੇ ਸਟਾਰਟ। ਵਲੌਗ ਸਟਾਰਟ ਕਰਨ ਤੋਂ ਪਹਿਲਾਂ ਜਿਹਨੇ ਅਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਕਰ ਲਓ ਸਬਸਕ੍ਰਾਈਬ, ਅਤੇ ਨਾਲ ਹੀ ਬੈੱਲ ਆਈਕਨ ਨੂੰ ਕਲਿੱਕ ਕਰਕੇ ਆਲ ਦੇ ਕਲਿੱਕ ਕਰ ਦਿਓ, ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਹਾਂਜੀ, ਸੁਬਹ ਸੁਬਹ ਦਾ ਟਾਈਮ ਹੈ ਅਤੇ ਬਾਹਰ ਨੂੰ ਆਇਆ ਹਾਂ ਦਵਾਈ ਸਵਾਈ ਲੈ ਕੇ, ਕਿਉਂਕਿ ਦਵਾਈ ਸਵਾਈ ਖਿਲਾਉਣ ਨਹੀਂ ਬੈਲੀ ਦੇ ਵਿੱਚ। ਦਵਾਈ ਲੈ ਕੇ ਆਇਆ ਮੈਂ ਤੇ ਅਹਿਮਦ ਲੈ ਕੇ ਆਏ ਹਾਂ, ਤੇ ਸਮਾਨ ਨੂੰ ਦਿੱਤੇ, ਸਮਾਨ ਇੱਥੇ ਹੀ ਪਹਿਲਾਂ। ਗੱਲਾਂ ਸੁਣਾਉਂਦੇ ਹੋ ਤੁਸੀਂ ਟਗੇ ਟਗੇ ਦੀ, ਆ ਕੰਮ ਦਾ ਤੁਹਾਨੂੰ ਪਤਾ ਨਹੀਂ ਲੱਗਦਾ। ਦਵਾਈ ਇੱਕ ਲਿਆਈ ਜਿਹੜੀ ਉਹਨੂੰ ਦੇ ਕੇ ਘੱਲੀਏ ਮੈਂ, ਉਹ ਮੁੰਡੇ ਨੂੰ ਦਵਾਈ ਦੇ ਕੇ ਘੱਲੀਏ, ਸਾਨੂੰ ਕੀ ਪਤਾ ਸੀ ਇੱਕ ਲਿਆਣੀ ਹੈ, ਸਾਨੂੰ ਤੇ ਇਹ ਇਕੱਠੀਆਂ ਪਈਆਂ ਹਨ, ਅਸੀਂ ਤੇ ਤਦ ਲੈ ਆਉਂਦੀ। ਉਹਨੇ ਦੱਸਿਆ ਤੇ ਹੈ ਹੀ ਇੱਕ ਗੱਲ ਲਿਆਰੀ ਹੈ, ਮੈਨੂੰ ਨਹੀਂ ਕਿਸੇ ਵੀ ਦੱਸਿਆ ਇਕੱਠੀ, ਮੈਂ ਚੁੱਕ ਲਿਆਂਦੀ ਇਕੱਠੀ। ਫਿਰ ਅੱਬੂ ਨੂੰ ਪੁੱਛਿਆ ਸੀ, ਉਹ ਦਵਾਈ ਆਉਂਦੇ ਨੇ ਪਿਓ ਹੋਈ ਹੈ ਦਵਾਈ, ਉਹ ਹੀ ਬਸ ਲੱਗਣੀ ਹੈ। ਲੈ ਵੀ ਸਮਾਨ ਅਸੀਂ ਚੱਲੇ ਆ ਫਿਰ ਹੁਣ, ਠੀਕ ਹੈ? ਮੈਂ ਚਲੋ ਮੈਂ ਚੱਲੀਏ, ਚੱਲ ਫਿਰ। ਟਾਈਮ ਤਕਰੀਬਨ 10 ਵੱਜ ਗਏ ਨੇ ਤੇ ਚੈੱਕ ਕਰੋ ਉੱਤੇ ਬੱਦਲ, ਬੱਦਲ ਇੰਨਾ ਕੁ ਹੋਇਆ ਨਾ, ਬੱਦਲ ਅੱਜ ਪੈ ਗਏ ਨਾ ਤੇ ਚਾਸਾ ਹੀ ਹੈ। ਸਮਾਨ ਕਿਉਂ, ਸਮਾਨ ਸਮਾਨ ਗੋਏ ਜੋਏ ਕੱਜਦਾ ਪਿਆ, ਸਮਾਨ ਕੱਜਣਾ ਮੈਂ ਗੋਏ। ਹਾਂਜੀ, ਡਿਊਟੀ ਲਾਈ ਹੈ ਤੇਰੀ, ਹੈ ਕੱਜਣੇ ਤੇ ਪੈਣੇ ਤੇ ਗਿੱਲੇ ਤੋਂ ਹੀ ਇੰਨਾ ਨੇ ਬੱਦਲ ਪੈ ਗਿਆ, ਆਉਂਦੇ ਕਿਤੇ ਬੱਦਲ ਹੈ, ਬੱਦਲ ਆਉਂਦਾ ਪਿਆ ਥੋੜਾ ਥੋੜਾ। ਆਜੋ ਓਏ, ਆਜੋ ਓਏ, ਆਜੋ ਓਏ, ਸਮਾਨੇ ਆ ਜਾ ਓਏ, ਨਾ ਹੀ ਬੱਦਲ ਚਕਾਂ ਮੈਂ ਪਾਣ ਲਗਾ ਕੱਛਾ। ਬੱਦਲ ਆਉਂਦਾ ਤੇ ਬੱਦਲ ਚ ਜਿਹੜਾ ਨਾ ਪਾਲੀ ਪੈਲੀ ਸ਼ਹਿਰੀ ਚ ਪਾਣੀ ਹੁੰਦਾ ਤੇ ਨਾਲ ਹੀ ਘਸ ਜਾਂਦੇ ਆ, ਕਰ ਛੱਡਨੇ ਕੰਧ ਵਗੈਰਾ। ਅਲਹਮਦੁਲਿਲਾ ਜੀ, ਬੱਦਲ ਸਟਾਰਟ ਹੋ ਗਿਆ ਤੇ ਕਾਕੂ ਸਾਹਿਬ ਆ ਗਏ ਨੇ ਸਾਡੇ ਕੋਲ। ਹਾਂਜੀ ਕਾਕੂ ਸਾਹਿਬ। ਹਾਂਜੀ, ਕੀ ਹਾਲ ਚਾਲ? ਅੱਗੇ ਨਾਲ ਕੋਈ ਫਰਕ ਨਹੀਂ, ਕੋਈ ਫਰਕ ਨਹੀਂ, ਹੁਣ ਤੇ ਬੱਦਲ ਵੀ ਪੈਂਦਾ, ਉਹ ਫਰਕ ਤੇ ਹੋਣਾ ਚਾਹੀਦਾ। ਹੁਣ ਠੰਡ ਲੱਗਣ ਦੀ, ਠੰਡ ਲੱਗਣ ਦੀ। ਹਾਂਜੀ, ਕਿੱਥੇ ਚੱਲਾ ਹੈ? ਮੈਂ ਚੱਲਾ ਹਾਂ ਜੀ ਲਾਭਲਾਨ। ਇਹ ਜੇ ਬਾਹਰ ਹੀ ਨਿਕਲਿਆ ਤੇ ਬੱਦਲ ਸਟਾਰਟ ਹੋ ਗਿਆ, ਮੇਰੇ ਖਿਆਲ ਚ ਮੈਨੂੰ ਘਾਟ ਰਹਿਣਾ ਚਾਹੀਦਾ, ਪਹਿਲਾਂ ਨਿਕਲਣਾ ਚਾਹੀਦਾ ਬਾਹਰ, ਸਗੋਂ ਨਹੀਂ ਘਾਟ ਨਹੀਂ ਜਾਣਾ ਚਾਹੀਦਾ, ਹੁਣ ਤੈਨੂੰ ਘਾਟ ਨਹੀਂ ਜਾਣਾ ਚਾਹੀਦਾ। ਆਂਦਾ ਜੀ ਲਾਭ ਦੇ ਵਿੱਚ, ਬੱਦਲ ਦੇ ਵਿੱਚ ਮੈਂ ਲਾਭ ਲਾਣੀ ਹੈ, ਲਾਭ ਨਹੀਂ ਲੱਗ ਸਕਦੀ ਬੱਦਲ ਦੇ ਵਿੱਚ, ਲੱਗਦੀ ਏ ਇੱਕ ਵਾਰੀ ਤੇਜ਼ ਪ੍ਰਭਾਗ ਬੰਦਾ ਲਾ ਜਾਵੇ, ਛਾਪੜ ਭਾਗ ਛਾਪੜ ਇੱਕ ਵਾਰੀ ਸ਼ਹਿਰੋਂ ਲੈ ਆਓ ਤੁਸੀਂ, ਛਾਪੜ ਲੈ ਛਾਪੜ ਭਾਗ ਨੇ ਛਤਰੀ ਲੈ ਲੈ, ਛਤਰੀ ਲੈ ਬੰਦਾ ਇੱਕ ਇੱਕ ਹੱਥ ਬੰਦਾ ਛਤਰੀ ਨਾ ਕਿਤੇ ਕਿ ਲਾਭ ਰੱਖ ਲਾਇਆ ਭਾਵੇਂ ਨਾ ਆਓ। ਜਾਂਦੇ ਜਾਂਦੇ ਵੀ ਗੱਡੀ ਨਿਕਲੀ ਹੈ ਕਿ ਨਹੀਂ ਦੱਸਦਾ ਨੀ ਪਿਆ, ਹੁਣ ਦੱਸਦਾ ਨੀ ਪਿਆ, ਤੂੰ ਗੱਲ ਦੱਸ। ਸ਼ਗਿਰਦ ਨੂੰ ਹੌਸਲਾ ਦੇਣਾ ਚਾਹੀਦਾ ਬੰਦੇ ਨੂੰ, ਨਹੀਂ ਜਾਣਦਾ। ਦਾਣੇ ਛੱਡਣ ਆਇਆ ਹਾਂ ਤੇ ਰਾਹ ਚ ਗੱਡੀ ਫਸ ਗਈ, ਗੱਡੀ ਕਢਾਣੀ ਪਈ,
ਸਮਾਨ ਸਾਹਿਬ ਚੱਲੀਏ। ਉਹ ਵੇ ਘਰ ਦਾ ਕੀ ਆ, ਇਹਨੂੰ ਭੂ ਆਉਂਦੀ ਆ ਵੀ ਹਿਸਾਬ ਲਾ। ਇਹ ਤੈਨੂੰ ਇਸ ਗੱਡੀ ਚ ਕੱਲਾ ਕਰਨਾ ਅੱਗੋਂ। ਹਾਂ ਵੀ ਸਮਾਨ ਕੱਢ ਛੱਡੀਏ, ਗੱਡੀ ਚੱਲੀਏ ਹੁਣ। ਚਲੋ ਗੱਡੀ ਛੱਡੀ ਤੇ ਮੈਂ ਕਢਾਈ, ਤੂੰ ਕਿੱਥੇ ਕਢਾਈ? ਚੱਲੀਏ ਫਿਰ। ਚਲੋ ਟਾਈਮ ਤਕਰੀਬਨ 7 ਵਜ ਗਏ ਨੇ ਤੇ ਅੱਜ ਕੱਢਣ ਲੱਗੇ ਆ ਟਰੈਕਟਰ, ਕਿਉਂਕਿ ਅੱਜ ਕਰਨਾ ਸੀ ਕੱਦ ਤੇ ਉਮਰ ਵੀ ਆ ਗਿਆ, ਉਮਰ ਕੱਢਣ ਲੱਗਾ ਜੀ ਟਰੈਕਟਰ। ਡੋਗੀ ਕੋ ਬਾਨਾ ਹੁਆ ਹੈ ਹਮਨੇ। ਕੱਢ ਛੱਡ ਗਾ ਟਰੈਕਟਰ, ਅੱਜ ਕੱਢ ਛੱਡੇਗਾ, ਕੱਢ ਛੱਡੇਗਾ ਅੱਜ, ਆਪ ਹੀ ਨਿਕਲ ਜਾਣਾ, ਕੱਢ ਗਾ ਪਾਣੀ ਵੀ ਪੂਰਾ ਕਰ ਛੇ ਟਰੈਕਟਰ ਦਾ ਜਾ ਜੀ ਤੇ ਦੱਸ ਲੈ, ਨਹੀਂ ਤੇ ਮੈਂ ਆਪ ਹੀ ਕੱਢ ਲਾਂਗਾ, ਜਾ ਜੀ ਤੇ ਤੈਨੂੰ ਘੱਟ ਹੀ। ਸਭ ਤੋਂ ਪਹਿਲਾਂ ਜੀ ਕੰਮ ਕਰਨਾ ਹੁੰਦਾ ਟਰੈਕਟਰ 'ਚ, ਪਾਉਣਾ ਪਹਿਲਾਂ ਤੇਲ, ਕਿਉਂਕਿ ਚੱਲਣਾ ਵੀ ਇੰਜ ਹੀ ਇਹਨੇ, ਕਿਉਂ ਜੀ? ਨਹੀਂ ਇੰਜ ਹੀ ਚਲਾ ਲੈਂਦੇ ਹਾਂ। ਇੰਜ ਕੀ ਕਿਵੇਂ ਚਲਾ ਸਕਦੇ? ਪਾਣੀ ਪਾ ਕੇ ਖਲੋ ਜਾਓ ਜੀ, ਪੀਪ ਇੱਕ ਮਿੰਟ ਖਲੋ ਜਾਓ ਜੀ, ਪਾਲੀ ਸਾਈਡ 'ਚ ਜਾਣ ਦਿਓ, ਤੇਲ ਵੀ ਉੱਧਰ ਹੀ ਪੈਂਦਾ। ਮੇਰਾ ਮੌਲਾ ਅਲੀ, ਚੱਲ ਬਈ ਰੋੜੀ ਨਾ ਹੁਣ, ਤੇਲ ਚੈੱਕ ਕਰੋ ਜੀ, ਆਲੂ ਬਹਾੜੇ ਵਾਲੀ ਇਮਲੀ ਰੋੜ ਤੱਕ ਆਲੀ ਹੈ, ਫਿਰ ਜਿਹੜਾ ਥੱਲੇ ਤੁਰ ਗਿਆ ਉਹ ਤਾਂ ਰੁੜਨਾ ਹੀ ਥੱਲੇ ਰੱਖ, ਤੇ ਥੋੜੀ ਵੇਖੀ ਕਿਤੇ ਪਹਾੜੀ ਨੇ ਚਲੀ ਬਹੁਤਾ ਹੀ ਭਰਨਾ, ਟੈਂਕੀ ਬੜੀ ਬੜੀ 10 ਲੀਟਰ ਦਾ ਭਰ ਕਰਨਾ, ਤੇਲ ਸ਼ੇਲ ਪੈ ਲਗਾ ਪੈ ਗਿਆ ਜੀ, ਚੈੱਕ ਕਰੋ ਓਰੀਜਨਲ ਤੇਲ, ਉਹ ਮੱਠੇ ਹੀ ਘਰ ਮੰਗਾਤੇ ਸਾਰੇ, ਚੱਲ ਪੜ ਲਾ ਕਿਤੇ ਬਾਹਰ ਹੀ ਕਹਿੰਦੇ ਡੋਲ ਛੱਡਿਆ ਸਾਰਾ ਹੀ, ਕੀ ਪਤਾ ਜੀ ਥੱਲੇ ਵੀ ਚੈੱਕ ਕਰ ਲਈ, ਨਹੀਂ ਠੀਕ ਹੈ ਟਰੈਕਟਰ, ਠੀਕ ਹੈ ਤੇਲ ਸ਼ੇਲ ਪੂਰਾ ਕਰ ਲਿਆ, ਹੁਣ ਟਰੈਕਟਰ ਕੱਢ ਲੱਗੇ ਹਾਂ ਜੀ ਬਾਹਰ, ਕਰ ਲਓ ਸਟਾਰਟ ਭਾਜੀ। ਹੋ ਗਏ ਸਟਾਰਟ, ਸਟਾਰਟ ਹੋ ਜੀ, ਲੋ ਲਾ ਲੋ, ਆਉਂਦੇ ਆਉਂਦੇ ਸਿੱਧਾ ਕਰ ਲੈ, ਠੀਕ ਹੈ ਇਹ ਕਦੀ ਬਾਤ, ਹੈ ਆਵਾਜ਼ ਕਰਦੇ ਆਉਂਦੇ ਹੋ ਲਾੜੀ ਕੋ, ਆਉਂਦੇ ਹੋ ਆਉਂਦੇ ਹੋ, ਵੇ ਹੋਏ ਜਾ ਵੱਡਿਆ ਡਰਾਈਵੜਾ, ਚੱਲ ਸਿੱਧਾ ਕਰ ਲੈ, ਹਾਂ ਚਲ ਆਉਂਦੇ ਬਸ ਬਸ, ਲੰਘ ਚਿੰਗ ਪਵਾਉਂਦੇ ਹਾਂ ਹੁਣ, ਬਸ ਕਰ ਸੁਭਾਗਾ ਵੇਖ ਕੇ ਜਾਣਦੇ, ਵੇਖੀ ਸੁਭਾਗਾ
ਚੱਲ ਕੱਢ ਮੱਠਾ ਮੱਠਾ ਲੋਹ ਲਾ ਲੈ ਉਹ ਖਲ ਪੜਾ ਰੱਖ ਆ ਮੱਠਾ ਪਹਿਲੀ ਵਗੈਰਾ ਚ ਪਹੁੰਚ ਗਏ ਕਦ ਸ਼ਦ ਕਰ ਰਿਹਾ ਉਮਰ